ਇਸ ਵਾਰ ਲੋਕ ਸਭਾ ਚੋਣਾਂ ਵਿੱਚ ਔਰਤਾਂ ਦੀਆਂ ਵੋਟਾਂ ਫੈਸਲਾਕੁਨ ਭੂਮਿਕਾ ਨਿਭਾਉਣਗੀਆਂ। 2014 ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ 2014 ਚ ਔਰਤਾਂ ਦਾ ਵੋਟ ਪ੍ਰਤੀਸ਼ਤ 66.4% ਰਿਹਾ ਹੈ, ਜੋ ਇਸ ਵਾਰ ਹੋਰ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 1984 ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਵੱਡੀ ਗਿਣਤੀ ਚ ਔਰਤਾਂ ਨੇ ਵੋਟਾਂ ਪਾਈਆਂ ਸਨ। ਉਦੋਂ ਔਰਤਾਂ ਦਾ ਯੋਗਦਾਨ 64% ਰਿਹਾ ਸੀ। ਸਨ 2009 ਚ ਇਹ 58.2% ਸੀ। ਬ੍ਰੋਕਰੇਜ ਸੈਂਟਰ ਬ੍ਰੋਕਿੰਗ ਦੀ ਤਾਜ਼ਾ ਰਿਪੋਰਟ ਅਨੁਸਾਰ ਰਜਿਸਟਰ ਔਰਤ ਵੋਟਰਾਂ ਦੀ ਗਿਣਤੀ ਵੀ 47% ਤੋਂ ਵੱਧ ਕੇ 48.13% ਹੋ ਗਈ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 4.35 ਕਰੋੜ ਰਜਿਸਟਰਡ ਔਰਤ ਵੋਟਰ ਨੇ ਅਤੇ 0.5% ਤੋਂ ਵੀ ਜ਼ਿਆਦਾ ਵਾਧਾ ਹੋਇਆ ਹੈ। ਔਰਤਾਂ ਦੇ ਵੋਟਾਂ 'ਚ ਵੱਧ ਰਹੀ ਹਿੱਸੇਦਾਰੀ ਅਤੇ ਦਿਲਚਸਪੀ ਨੂੰ ਦੇਖਦਿਆਂ ਹਰ ਇੱਕ ਰਾਜਨੀਤਿਕ ਪਾਰਟੀ ਇਹਨਾਂ ਨੂੰ ਖੁਸ਼ ਕਰਕੇ ਵੋਟ ਹਾਸਲ ਕਰਨ ਦੀ ਦੌੜ 'ਚ ਹੈ। ਕਾਂਗਰਸ ਵੱਲੋਂ ਔਰਤਾਂ ਲਈ ਰਾਖਵਾਂਕਰਨ ਬਿੱਲ ਨੂੰ ਮਨਜ਼ੂਰੀ ਦੇਣ ਦੀ ਗੱਲ ਕੀਤੀ ਗਈ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਲਿਆਂਦੀਆਂ ਸਵੱਛ ਭਾਰਤ, ਉਜਵਲਾ ਯੋਜਨਾ, ਮਾਤਰੂ ਵੰਦਨਾ ਯੋਜਨਾ ਅਤੇ ਆਵਾਸ ਯੋਜਨਾ ਔਰਤਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੀਆਂ ਗਈਆਂ ਨੇ। 2014 'ਚ ਔਰਤਾਂ ਵੱਲੋਂ ਵੋਟਾਂ ਪਾਉਣ ਦੀ ਪ੍ਰਤੀਸ਼ਤ 'ਚ ਹੈਰਾਨੀਜਨਕ ਉਛਾਲ ਨਜ਼ਰ ਆਇਆ, ਜਦੋਂ ਪੂਰੇ ਮੁਲਕ ਵਿੱਚ 65.63% ਔਰਤਾਂ ਨੇ ਵੋਟ ਦੀ ਵਰਤੋਂ ਕੀਤੀ, ਜਦੋਂ ਕਿ 2009 'ਚ 55.82% ਔਰਤਾਂ ਨੇ ਵੋਟ ਦੀ ਵਰਤੋਂ ਕੀਤੀ ਸੀ। ਔਰਤਾਂ ਵੱਲੋਂ ਵੋਟ ਦੀ ਵਰਤੋਂ ਕਰਨ ਵਿੱਚ ਲਕਸ਼ਦੀਪ ਪਹਿਲੇ ਨੰਬਰ 'ਤੇ ਰਿਹਾ ਹੈ, ਜਿੱਥੇ 2014 'ਚ 88.42% ਔਰਤਾਂ ਨੇ ਵੋਟ ਦੀ ਵਰਤੋਂ ਕੀਤੀ। ਨਾਗਾਲੈਂਡ 88.49% ਨਾਲ ਦੂਜੇ ਨੰਬਰ 'ਤੇ ਰਿਹਾ। ਦਾਦਰਾ ਅਤੇ ਨਗਰ ਹਵੇਲੀ 'ਚ 85.71%, ਤ੍ਰਿਪੁਰਾ 'ਚ 84.37% ਅਤੇ ਸਿੱਕਮ 'ਚ 83.88% ਔਰਤਾਂ ਨੇ ਵੋਟ ਪਾਈ। ਸੰਨ 2009 ਦੀਆਂ ਚੋਣਾਂ ਦੇ ਮੁਕਾਬਲੇ ਔਰਤ ਵੋਟਰਾਂ ਦੀ ਗਿਣਤੀ 'ਚ ਵਾਧਾ 6 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਵੱਧ ਕੇ 2014 'ਚ 16 ਹੋ ਗਿਆ। ਇਸ ਤੋਂ ਇਲਾਵਾ 2014 'ਚ ਪਹਿਲੀ ਵਾਰ ਬਿਹਾਰ, ਪੰਜਾਬ, ਉੱਤਰਾਖੰਡ, ਉੜੀਸਾ, ਗੋਆ, ਸਿੱਕਮ, ਅਰੁਣਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਪੁਡੂਚੇਰੀ 'ਚ ਵੀ ਔਰਤਾਂ ਵੱਲੋਂ ਵੋਟ ਪਾਉਣ ਦੀ ਗਿਣਤੀ 'ਚ ਵਾਧਾ ਦੇਖਿਆ ਗਿਆ। ਪੰਜਾਬ 'ਚ 70.93% ਅਤੇ ਚੰਡੀਗੜ੍ਹ 'ਚ 70.4% ਔਰਤਾਂ ਨੇ ਵੋਟ ਦੀ ਵਰਤੋਂ ਕੀਤੀ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਔਰਤ ਵੋਟਰਾਂ ਨੂੰ ਜਾਗਰੂਕ ਕਰਨ ਲਈ ਚਲਾਈਆਂ ਗਈਆਂ ਸਕੀਮਾਂ ਨੂੰ ਵੀ ਇਸ ਤਬਦੀਲੀ ਦਾ ਸਿਹਰਾ ਦਿੱਤਾ ਜਾ ਸਕਦਾ ਹੈ। ਚੋਣ ਕਮਿਸ਼ਨ ਵੱਲੋਂ ਵੋਟਰ ਜਾਗਰੂਕਤਾ ਲਈ ਸਭ ਤੋਂ ਵੱਡਾ ਯੋਗਦਾਨ ਸਵੀਪ ਮੁਹਿੰਮ ਰਾਹੀਂ ਪਾਇਆ ਗਿਆ ਹੈ। ਇਸ ਤੋਂ ਇਲਾਵਾ ਪੇਂਡੂ ਖੇਤਰਾਂ 'ਚ ਚੋਣ ਕਮਿਸ਼ਨ ਨੇ ਔਰਤਾਂ ਲਈ ਰੰਗੋਲੀ ਅਤੇ ਲੋਕ ਕਲਾਵਾਂ ਦੇ ਮੁਕਾਬਲਿਆਂ ਦਾ ਆਯੋਜਨ ਵੀ ਕੀਤਾ, ਜਿਸ ਦੌਰਾਨ ਉਹਨਾਂ ਨੂੰ ਵੋਟਾਂ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਆਂਗਨਵਾੜੀ ਅਤੇ ਆਸ਼ਾ ਵਰਕਰਾਂ ਦਾ ਸਹਿਯੋਗ ਵੀ ਚੋਣ ਕਮਿਸ਼ਨ ਵੱਲੋਂ ਔਰਤ ਵੋਟਰਾਂ ਨੂੰ ਜਾਗਰੂਕ ਕਰਨ ਲਈ ਲਿਆ ਗਿਆ ਹੈ। ਨਿਊਜ਼ ਡੈਸਕ ਤੋਂ ਸਰਬਜੀਤ ਧੀਰ ਦੀ ਰਿਪੋਰਟ। ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਅਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।